ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਏਡ ਦੀ ਟੀਮ, ਜੋ ਕਿ ਪਿਛਲੇ ਅਸੀਂ ਅਪਡੇਟ ਵੀ ਕੀਤਾ ਸੀ ਕਿ ਸ਼ੂਜ਼ ਦੀ ਇੱਕ ਕੈਂਪੇਨ ਜਿਹੜੀ ਕਿ ਸਮਾਈਲਸ ਕੇਅਰ ਵੱਲੋਂ ਚਲਾਈ ਜਾ ਰਹੀ ਸੀ, ਜਿਨ੍ਹਾਂ ਨੇ ਪ੍ਰਣ ਲਿੱਤਾ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਜਿਹੜੇ ਬੱਚਿਆਂ ਨੂੰ ਸ਼ੂਜ਼ ਦੀ ਲੋੜ ਹੈ ਉਹਨਾਂ ਨੂੰ 10,000 ਸ਼ੂਜ਼ ਦਾ ਉਹਨਾਂ ਨੇ ਟਾਰਗੇਟ ਲਿੱਤਾ ਸੀ, ਅਤੇ ਖਾਲਸਾ ਏਡ ਦੇ ਵੱਲੋਂ 1,000 ਸ਼ੂਜ਼ ਜਿਹੜਾ ਕਿ ਉਹ ਸਪੋਂਸਰ ਕੀਤਾ ਗਿਆ ਸੀ। ਅਤੇ ਅੱਜ ਸਾਡਾ 7ਵੀਂ ਕੈਂਪੇਨ ਆ ਖਾਲਸਾ ਏਡ ਦੀ, 7ਵੇਂ ਸਰਕਾਰੀ ਸਕੂਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਬੱਚਿਆਂ ਨੂੰ ਸ਼ੂਜ਼ ਪਵਾਏ ਜਾ ਰਹੇ ਨੇ। ਅਤੇ ਜਿਹੜੇ ਬੱਚਿਆਂ ਦੇ ਪਹਿਲਾਂ ਅਸੈਸਮੈਂਟ ਕੀਤੀ ਗਈ ਸੀ ਕਿ ਜਿਹੜੇ ਬੱਚਿਆਂ ਕੋਲ ਸ਼ੂਜ਼ ਹੈਗੇ ਨਹੀਂ ਜਾਂ ਜਿਨ੍ਹਾਂ ਦੇ ਸ਼ੂਜ਼ ਫਟੇ ਹੋਏ ਨੇ, ਅਤੇ ਉਹ ਸਾਰੇ ਬੱਚਿਆਂ ਨੂੰ ਸ਼ੂਜ਼ ਨਵੇਂ ਆ ਜਿਹੜੇ ਉਹ ਸਪੋਂਸਰ ਕੀਤੇ ਜਾ ਰਹੇ। ਸੋ ਇਸ ਟਾਈਮ ਅਸੀਂ ਪਟਿਆਲੇ ਦੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਬਾਜਵਾ ਕਲੋਨੀ ਦੇ ਵਿੱਚ ਹੈਗੇ ਹਾਂ। ਅਤੇ ਜੋ ਇੱਥੇ ਦੇ ਹਾਲਾਤ ਨੇ, ਮੇਰਾ ਲਾਈਵ ਕਰਨ ਦਾ ਮਕਸਦ ਇਹੀ ਸੀਗਾ ਕਿ ਅਸੀਂ ਆਪਣੇ ਡੋਨਰਸ ਨੂੰ, ਸੰਗਤਾਂ ਨੂੰ ਦੱਸ ਸਕੀਏ ਕਿ ਐਕਚੁਅਲ ਹਾਲ ਕੀ ਨੇ। ਅੱਜ ਅਸੀਂ ਆਪਣੀ ਸੁਸਾਇਟੀ ਦੇ ਵਿੱਚ ਇਸ ਗੱਲ ਦੇ ਪਿੱਛੇ ਲੜਦੇ ਹਾਂ ਕਿ ਸਾਡੇ ਜਵਾਕ ਪੰਜਾਬ ਬੋਰਡ 'ਚ ਪੜ੍ਹਦੇ ਆ, ਸਾਡੇ ਜਵਾਕ CBSE ਪੜ੍ਹਦੇ ਆ, ICSE ਪੜ੍ਹਦੇ ਆ, ਜਾਂ ਮੈਂ ਇਹ ਵਾਲੇ ਪ੍ਰਾਈਵੇਟ ਸਕੂਲ 'ਚ ਪਾਉਣਾ, ਜਾਂ ਮੈਂ ਕੋਨਵੈਂਟ ਸਕੂਲ 'ਚ ਉਹਨੂੰ ਦਾਖਲ ਕਰਾਉਣਾ। ਬਟ ਇੱਥੇ ਵੀ ਲੋਕਾਂ ਦੇ ਬੱਚੇ ਜਿਹੜੇ ਆ ਰਹੇ ਨੇ, ਅਤੇ ਉਹਨਾਂ ਦੇ ਹਾਲ ਜਿਹੜੇ ਹੈਗੇ ਨੇ ਉਹ ਦੇਖ ਕੇ ਮੇਰਾ ਮਨ ਵੀ ਭਰਿਆ ਹੈ ਕਿ ਇਹੋ ਜਿਹੇ ਹਾਲ ਵੀ ਕੋਈ ਹੋ ਸਕਦੇ ਨੇ। ਐਂਡ ਟੀਮ ਦੇ ਅਕੋਰਡਿੰਗਲੀ ਉਹਨਾਂ ਨੇ ਦੱਸਿਆ ਕਿ ਇਹ ਮੱਚ ਬੈਟਰ ਸਕੂਲ ਹੈ ਜਿੱਥੇ ਅੱਜ ਅਸੀਂ ਪਹੁੰਚੇ ਹਾਂ। ਇਸ ਤੋਂ ਵੀ ਗਏ ਗੁਜਰੇ ਸਕੂਲ ਅੱਜ ਪੰਜਾਬ ਦੇ ਵਿੱਚ ਹੈਗੇ ਨੇ। ਅਤੇ ਐਜੂਕੇਸ਼ਨ ਲੈਵਲ ਦੀ ਆਪਾਂ ਗੱਲਾਂ ਕਰਦੇ ਹਾਂ ਅਤੇ ਹਾਲ ਦੇਖੋ ਹੋ ਕੀ ਰਹੇ ਨੇ। ਸੋ ਪਹਿਲਾਂ ਮੈਂ ਤੁਹਾਨੂੰ ਦਿਖਾਉਂਦਾ ਕਿ ਬੱਚਿਆਂ ਨੂੰ ਜਿਹੜੇ ਹੈ ਸ਼ੂਜ਼ ਕੈਂਪੇਨ ਹੈ ਜਿਹੜੀ ਚੱਲ, ਐਂਡ ਸਾਰੇ ਬੱਚੇ ਇਸ ਟਾਈਮ ਲਾਈਨਾਂ ਦੇ ਵਿੱਚ ਲੱਗੇ ਨੇ, ਅਤੇ ਬੱਚਿਆਂ ਨੂੰ ਵੋਲੰਟੀਅਰਸ ਇੱਕ ਇੱਕ ਬੱਚੇ ਨੂੰ ਸ਼ੂਜ਼ ਪਵਾ ਕੇ ਅਤੇ ਪਵਾਉਂਦੇ ਪਏ ਨੇ, ਨਾਲ ਸੌਕਸ ਪਵਾ ਕੇ। ਪੁਰਾਣੇ ਸ਼ੂਜ਼ ਦੇ ਹਾਲ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ, ਕਿੱਦਾਂ ਦੇ ਹਾਲ ਨੇ ਬੱਚਿਆਂ ਦੇ। ਅਤੇ ਇਹਨਾਂ ਨੂੰ ਨਵੇਂ ਸ਼ੂਜ਼ ਪਹਿਲਾਂ ਡਿਸਟ੍ਰੀਬਿਊਟ ਕਰ ਦਿੱਤੇ ਗਏ ਨੇ, ਅਤੇ ਹੁਣ ਵੋਲੰਟੀਅਰਸ ਨੇ ਜਿਹੜੇ ਉਹ ਇੱਕ ਇੱਕ ਬੱਚੇ ਨੂੰ ਸ਼ੂਜ਼ ਪਵਾਉਂਦੇ ਪਏ ਨੇ। ਸੋ ਆ ਬੱਚੇ ਸਾਰੇ ਇਸ ਸਕੂਲ ਦੇ 180 ਬੱਚਿਆਂ ਨੂੰ ਸਕੂਲ ਅੱਜ ਸ਼ੂਜ਼ ਡਿਸਟ੍ਰੀਬਿਊਟ ਕੀਤੇ ਜਾ ਰਹੇ ਨੇ, ਅਤੇ ਨਾਲ ਦੀ ਨਾਲ ਸਾਰਿਆਂ ਨੂੰ ਸ਼ੂਜ਼ ਪਵਾ ਰਹੇ ਹਾਂ। ਸਾਰੀ ਟੀਮ ਅੱਜ ਖਾਲਸਾ ਦੀ ਟੀਮ ਇੱਥੇ ਪਹੁੰਚ ਕੇ ਐਂਡ ਸਮਾਈਲਸ ਕੇਅਰ ਨਾਲ ਕੋਲੈਬੋਰੇਟ ਕੀਤਾ ਗਿਆ ਹੈ, ਅਤੇ ਸਾਰੇ ਬੱਚਿਆਂ ਨੂੰ ਆ ਕਈਆਂ ਕੋਲ ਸ਼ੂਜ਼ ਹੈ ਹੀ ਨਹੀਂ, ਜਾਂ ਕਈਆਂ ਦੇ ਤੁਸੀਂ ਸ਼ੂਜ਼ ਦੇ ਹਾਲ ਦੇਖ ਸਕਦੇ ਹੋ ਕਿ ਕਿੱਦਾਂ ਇਹਨਾਂ ਦੇ ਬੱਚਿਆਂ ਦੇ ਸ਼ੂਜ਼ ਦੇ ਹਾਲ ਨੇ। ਸੋ ਆ ਦੇਖੋ ਆ ਸ਼ੂਜ਼ ਦੇ ਹਾਲ ਬੱਚਿਆਂ ਦੇ। ਸੋ ਜਾ ਸਾਰੀ ਟੀਮ ਸ਼ੂਜ਼ ਸਾਰੇ ਬੱਚਿਆਂ ਨੂੰ ਡਿਸਟ੍ਰੀਬਿਊਟ ਕਰਕੇ ਪਵਾ ਰਹੇ ਨੇ। ਐਂਡ ਮਨਦੀਪ ਕੌਰ ਜੀ, ਜਿਨ੍ਹਾਂ ਦਾ ਇਹ ਉਪਰਾਲਾ ਹੈ, ਜਿਨ੍ਹਾਂ ਨੇ ਆ ਇੱਕ ਕੌਜ਼ ਦੇ ਲਈ ਅੱਜ ਸ਼ੁਰੂਆਤ ਕੀਤੀ ਹੈ, ਅਤੇ ਅੱਜ ਅਸੀਂ ਖਾਲਸਾ ਏਡ ਵੱਲੋਂ ਜੋ ਅਸੀਂ ਸਹਿਯੋਗ ਹੋ ਸਕਦਾ ਸੀ ਉਹ ਦੇ ਰਹੇ ਹਾਂ। ਅਤੇ ਮਨਦੀਪ ਜੀ, ਕਿਵੇਂ ਇਹਦੀ ਅਸੈਸਮੈਂਟ ਕਿਵੇਂ ਕੀਤੀ ਗਈ ਸਕੂਲ ਦੀ, ਕੁਛ ਦੱਸੋ ਵੀ ਕਿੱਦਾਂ ਕੈਂਪੇਨ ਤੁਹਾਡੀ ਚੱਲ ਰਹੀ ਹੈ ਜਾਂ ਕਿੱਦਾਂ ਦਾ ਸਹਿਯੋਗ ਤੁਹਾਨੂੰ ਮਿਲ ਰਿਹਾ? ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਰੇ ਖਾਲਸਾ ਏਡ ਇੰਟਰਨੈਸ਼ਨਲ ਦੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਬਹੁਤ ਜ਼ਿਆਦਾ ਮੈਂ ਥੈਂਕਫੁੱਲ ਹਾਂ ਖਾਲਸਾ ਏਡ ਦੀ, ਜਿਨ੍ਹਾਂ ਨੇ 1,000 ਸ਼ੂ ਜਿਹੜੇ ਆ ਸਪੋਂਸਰ ਕਰਨ ਦਾ ਪੂਰਾ ਡਿਸਾਈਡ ਕੀਤਾ ਹੈ ਕਿ ਹਾਂ ਉਹ ਸਾਡੀ ਟੀਮ ਨੂੰ ਇਸ ਲਈ ਸਪੋਂਸਰ ਕਰਨਗੇ। ਅਤੇ ਬਹੁਤ ਵੱਡਾ ਡਿਸੀਜਨ ਹੁੰਦਾ ਹੈ, ਇਹਦੇ 'ਚ ਮੈਟਰ ਨਹੀਂ ਕਰਦਾ ਕਿ NGO ਆ ਜਾਂ ਇੰਡੀਵਿਜੁਅਲ ਆ। ਸੋ 1,000 ਸ਼ੂਜ਼ ਕੋਈ ਛੋਟੀ ਮੋਟੀ ਅਮਾਊਂਟ ਨਹੀਂ ਆ, ਕੋਈ ਛੋਟਾ ਮੋਟਾ ਡਿਸੀਜਨ ਨਹੀਂ ਆ। ਸੋ ਵੀਡੀਓ ਥੋੜ੍ਹੀ ਜਿਹੀ ਡਿਸਕਨੈਕਟ ਹੋ ਗਈ ਸੀ ਵਿੱਚੋਂ। ਸੋ ਸਾਰੇ ਖਾਲਸਾ ਏਡ ਦੇ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਮੈਂ ਦੱਸ ਰਹੀ ਸੀ ਕਿ ਬਹੁਤ ਬਹੁਤ ਸ਼ੁਕਰੀਆ ਖਾਲਸਾ ਏਡ ਦਾ, ਜਿਨ੍ਹਾਂ ਨੇ 1,000 ਸ਼ੂਜ਼ ਸਪੋਂਸਰ ਕਰਨ ਦਾ ਡਿਸੀਜਨ ਲਿਆ ਹੈ। ਇਹ ਕੋਈ ਛੋਟਾ ਮੋਟਾ ਡਿਸੀਜਨ ਨਹੀਂ ਆ, ਕੋਈ ਛੋਟੀ ਮੋਟੀ ਅਮਾਊਂਟ ਨਹੀਂ ਆ, 1,000 ਸ਼ੂਜ਼
ਜਿਹੜੇ ਸਾਡੇ 10,000 ਸ਼ੂਜ਼ ਦੇ ਟਾਰਗੇਟ ਲਈ ਸਾਨੂੰ ਅੱਗੋਂ ਹੈਲਪ ਹੋ ਰਹੀ ਹੈ। ਅਕਸਰ ਹੀ ਮੈਂ ਤਾਂ ਬਿਲਕੁਲ ਇੱਕ ਛੋਟੀ ਜਿਹੀ ਔਰਗਨਾਈਜੇਸ਼ਨ ਰਨ ਕਰਦੀ ਹਾਂ ਪੰਜਾਬ ਦੇ ਵਿੱਚ, ਅਤੇ ਇਸ ਸਾਲ ਅਸੀਂ 10,000 ਸ਼ੂਜ਼ ਜਿਹੜਾ ਦੇਣ ਦਾ ਉਹ ਅਸੀਂ ਆਪਣਾ ਉਪਰਾਲਾ ਜਿਹੜਾ ਸ਼ੁਰੂ ਕੀਤਾ ਹੈ ਪੰਜਾਬ ਦੇ ਵਿੱਚ, ਕਿਉਂਕਿ ਬਹੁਤ ਸਾਰੇ ਸਕੂਲਸ ਨੇ, ਮੈਂ ਅਕਸਰ ਆਪਣੀਆਂ ਲਾਈਵ ਵੀਡੀਓਜ਼ ਵਿੱਚ ਵੀ ਦਿਖਾਉਂਦੀ ਹਾਂ ਕਿ ਇਹੋ ਜਿਹੇ ਵੀ ਪੰਜਾਬ ਦੇ ਵਿੱਚ ਅਜੇ ਸਕੂਲ ਨੇ ਕਿ ਜਿੱਥੇ ਬੱਚੇ ਚੱਪਲ ਵੀ ਨਹੀਂ ਪਾ ਕੇ ਆ ਰਹੇ। ਸੋ ਇਹੋ ਜਿਹੇ ਵੀ ਅੱਜ ਜਿਹੜੇ ਅਸੀਂ ਮੂਵੀਜ਼ 'ਚ ਦੇਖਦੇ ਹਾਂ ਸਕੂਲ, ਉੱਦਾਂ ਦੇ ਸਕੂਲਸ ਹੈਗੇ ਨੇ। ਜਿੱਦਾਂ ਕਿ ਕੱਲ੍ਹ ਮੈਂ ਇੱਕ ਮੁਕਤਸਰ ਵਿੱਚ ਸਕੂਲ ਵਿਜ਼ਿਟ ਕੀਤਾ ਸੀ ਜਿੱਥੇ ਅੱਜ ਵੀ ਇੱਕ ਬੈਂਚ ਨਹੀਂ ਆ, ਜਿੱਥੇ ਵਾਸ਼ਰੂਮ ਨਹੀਂ ਆ, ਜਿੱਥੇ ਪੱਖਾ ਨਹੀਂ ਆ, ਜਿੱਥੇ ਲਾਈਟ ਨਹੀਂ ਆ, ਜਿੱਥੇ ਨਲਕੇ ਤੋਂ ਲੋਕ ਬੱਚੇ ਜਿਹੜੇ ਪਾਣੀ ਲੈ ਰਹੇ ਨੇ। ਸੋ ਹੁਣੇ ਸਾਨੂੰ ਅਮਰਪ੍ਰੀਤ ਜੀ ਨੇ ਵੀ ਲਾਈਵ ਵੀਡੀਓ 'ਚ ਪਹਿਲਾਂ ਦਿਖਾਇਆ ਕਿ ਬੱਚਿਆਂ ਦੇ ਸ਼ੂਜ਼ ਬਿਲਕੁਲ ਟੁੱਟੇ ਹੋਏ ਨੇ, ਪੈਰ ਬਿਲਕੁਲ ਬਾਹਰ ਨਿਕਲੇ ਨੇ, ਚੱਪਲਾਂ ਵੀ ਉਹਨਾਂ ਦੇ ਨਾਲ, ਉਹਨਾਂ ਨੇ ਰਬੜ ਦੀਆਂ ਚੱਪਲਾਂ, ਰਬੜ ਦੇ ਬੂਟ ਆ ਜਿਹੜੇ ਉਹ ਉਹਨਾਂ ਨੇ ਥਰੈਡ ਦੇ ਨਾਲ ਬੰਨੇ ਹੋਏ ਨੇ। ਸੋ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਆ ਸਰਕਾਰੀ ਸਕੂਲਾਂ ਦੇ ਵਿੱਚ, ਅਤੇ ਸਪੈਸ਼ਲੀ ਜਿਹੜਾ ਹੁਣ ਸਰਦੀ ਦਾ ਮੌਸਮ ਆ ਗਿਆ। ਸੋ ਸਰਦੀ ਦੇ ਮੌਸਮ 'ਚ ਪੈਰ ਢੱਕਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਮੈਂ ਸਾਰੇ ਖਾਲਸਾ ਏਡ ਦੇ ਡੋਨਰਸ ਅਤੇ ਵੋਲੰਟੀਅਰਸ ਨੂੰ ਮੇਰਾ ਸਲਾਮ ਆ, ਉਹਨਾਂ ਨੂੰ ਮੇਰਾ ਸ਼ੁਕਰੀਆ ਅਦਾ ਹੈ ਕਿ ਜਿਹੜੇ ਕਿ ਖਾਲਸਾ ਏਡ ਨੂੰ ਇਸ ਤਰ੍ਹਾਂ ਸਪੋਂਸਰ ਕਰ ਰਹੇ ਨੇ। ਅਤੇ ਸਭ ਤੋਂ ਇੰਪੋਰਟੈਂਟ ਗੱਲ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਸ ਕੌਜ਼ ਨੂੰ ਅਸੀਂ ਕਿਉਂ ਇੰਨਾ ਜ਼ਿਆਦਾ ਮੁੱਖ ਰੱਖ ਕੇ ਜਿਹੜਾ ਵਾ ਪੰਜਾਬ 'ਚ ਐਡਰੈਸ ਕਰ ਰਹੇ ਹਾਂ, ਕਿਉਂਕਿ ਜੇ ਤੁਸੀਂ ਖੁਦ ਵੀ WHO ਦੀਆਂ ਰਿਪੋਰਟਸ ਨੂੰ ਸਟੱਡੀ ਕਰੋ ਤੁਸੀਂ, ਮੋਸਟ ਆਫ ਦਾ ਜਿਹੜੀਆਂ ਬਿਮਾਰੀਆਂ ਹੈ ਉਹ ਆਲਮੋਸਟ 23% ਆਫ ਦੀਆਂ ਜਿਹੜੀਆਂ ਬਿਮਾਰੀਆਂ ਹੈ ਉਹ ਸੋਇਲ ਪੋਲਿਊਸ਼ਨ ਦੇ ਕਰਕੇ ਜਿਹੜੀਆਂ ਉਹ ਹੋ ਰਹੀਆਂ ਨੇ ਬੱਚਿਆਂ ਨੂੰ ਜਾਂ ਵੱਡਿਆਂ ਨੂੰ। ਅਤੇ ਬੱਚਿਆਂ ਦੇ ਪੈਰ ਦੇ ਵਿੱਚ ਜਦੋਂ ਕੱਟ ਲੱਗ ਜਾਂਦਾ ਹੈ ਜਾਂ ਬੱਚੇ ਜਦੋਂ ਨੰਗੇ ਪੈਰੀ ਤੁਰਦੇ, ਤੁਸੀਂ ਅਕਸਰ ਵੇਖਦੇ ਹੋ ਕਿ ਚੰਗੇ ਭਲੇ ਵੀ ਸਾਡੇ ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਪੇਟ ਦੇ ਵਿੱਚ ਕੀੜੇ ਹੋ ਜਾਂਦੇ ਨੇ, ਬਟ ਇਹ ਬੱਚੇ ਤੇ ਸਦਾ ਹੀ ਜਿਹੜੇ ਆ ਹਮੇਸ਼ਾ ਹੀ ਬਿਨਾਂ ਚੱਪਲਾਂ ਤੋਂ ਹੁੰਦੇ ਨੇ ਜਾਂ ਸਿਰਫ ਚੱਪਲਾਂ 'ਚ ਹੀ ਹੁੰਦੇ ਨੇ, ਇਹਨਾਂ ਦੇ ਪੈਰ ਇੰਨੇ ਗੰਦੇ ਹੁੰਦੇ ਨੇ, ਵਿੱਚ ਜਦੋਂ ਇਹਨਾਂ ਦੇ ਕੱਟ ਲੱਗ ਜਾਂਦੇ ਜਾਂ ਸੱਟ ਲੱਗ ਜਾਂਦੀ ਹੈ ਤੇ ਬੱਚਿਆਂ ਦੇ ਪੇਟ ਦੇ ਅੰਦਰ ਬਹੁਤ ਜ਼ਿਆਦਾ ਵਾਰਮਸ ਹੋ ਜਾਂਦੇ, ਜਿਨ੍ਹਾਂ ਦੇ ਕਰਕੇ ਇਹਨਾਂ ਦੀ ਇੰਟੈਸਟਾਈਨਸ ਦੇ ਵਿੱਚੋਂ ਐਕਸੈਸਿਵ ਬਲੱਡ ਲੋਸ ਹੋ ਜਾਂਦਾ ਹੈ, ਐਕਸੈਸਿਵ ਬਲੱਡ ਲੋਸ। ਸੋ ਹੋ ਗਿਆ ਕਨੈਕਟ? ਹਾਂ, ਸੋ ਦੱਸ ਰਹੀ ਸੀ ਮੈਂ ਕਿ ਬੱਚਿਆਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਉਹ ਨੰਗੇ ਪੈਰਾਂ ਤੋਂ ਹੀ ਜਿਹੜੀਆਂ ਸ਼ੁਰੂ ਹੁੰਦੀਆਂ। ਸੋ ਇਹ ਇੱਕ ਨਿਗਲੈਕਟਿਡ ਸੈਕਸ਼ਨ ਆ ਸੋਸਾਇਟੀ ਦੇ ਵਿੱਚ, ਨਿਗਲੈਕਟਿਡ ਕੌਜ਼ ਆ ਜਿਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਅਤੇ ਹੁਣ ਇਹ ਕਿੰਨਾ ਜ਼ਿਆਦਾ ਮੁੱਖ ਲੱਗ ਰਿਹਾ ਜਿੱਦਾਂ ਜਿੱਦਾਂ ਕਿ ਇਹਦੀ ਅਵੇਅਰਨੈਸ ਹੋ ਰਹੀ ਹੈ। ਸੋ ਸਾਰੇ ਖਾਲਸਾ ਏਡ ਦੇ ਡੋਨਰਸ, ਸਾਰੇ ਵਾਲੰਟੀਅਰਸ ਦਾ ਬਹੁਤ ਬਹੁਤ ਸ਼ੁਕਰੀਆ ਕਿ ਜਿਹੜੇ ਕਿ ਆਰਗਨਾਈਜੇਸ਼ਨਸ ਨੂੰ ਜਨਰਲ ਫੰਡਸ ਭੇਜਦੇ ਨੇ। ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿ ਬਿਨਾਂ ਇਹ ਵੇਖੇ ਕਿ ਹਾਂ ਡਾਇਰੈਕਟਲੀ ਕਿਹੜੇ ਕੌਜ਼ ਦੇ ਅਸੀਂ ਪੈਸੇ ਦੇ ਰਹੇ, ਆਰਗਨਾਈਜੇਸ਼ਨ ਨੂੰ ਸਪੋਰਟ ਕਰਨਾ, ਕਿਉਂਕਿ ਪਹਿਲੀ ਵਾਰ ਮੇਰੇ ਨਾਲ ਇੱਦਾਂ ਹੋਇਆ ਕਿ ਅਸੀਂ ਫੰਡ ਰੇਜ਼ਿੰਗ ਦੀ ਬਹੁਤ ਜ਼ਿਆਦਾ ਵੇਟ ਨਹੀਂ ਕੀਤੀ, ਡਾਇਰੈਕਟਲੀ ਸਾਨੂੰ ਫੰਡਸ ਜਿਹੜੇ ਆ ਉਹ ਸਾਨੂੰ ਮਿਲ ਗਏ, ਅਤੇ ਇਮੀਡੀਏਟਲੀ ਅਸੀਂ 1,000 ਬੱਚਿਆਂ ਦੀ ਜਿਹੜੀ ਵਿੰਟਰਸ ਦੇ ਵਿੱਚ ਜਾਂ ਉਹਨਾਂ ਨੂੰ ਵਾਕਈ ਇੰਨੀ ਨੀਡ ਆ ਉਹਦੀ ਅਸੀਂ ਹੈਲਪ ਕੀਤੀ। ਅਤੇ ਕੱਲ੍ਹ ਵਾਲਾ ਜਿਹੜਾ ਮੇਰਾ ਕੈਂਪੇਨ ਸੀ ਮੁਕਤਸਰ ਦੇ ਵਿੱਚ, ਉਹਦੇ ਵਿੱਚ ਜਦੋਂ ਇੱਕ ਬੱਚੀ ਨੂੰ ਇੱਕ ਸਰ ਆਏ ਹੋਏ ਸੀ ਗੁਰਬਿੰਦਰ ਸਿੰਘ ਬਰਾੜ, ਜਦੋਂ ਉਹ ਸ਼ੂ ਪਾ ਰਹੇ ਸੀ ਅਤੇ ਉਹਨੂੰ ਪੁੱਛ ਰਹੇ ਸੀ ਕਿ ਤੈਨੂੰ ਕਿੱਦਾਂ ਦਾ ਲੱਗ ਰਿਹਾ ਸ਼ੂ ਪਾਉਣਾ, ਕਿੱਦਾਂ ਦਾ ਸ਼ੂ ਲੱਗ ਰਿਹਾ, ਅਤੇ ਉਹ ਕਹਿ ਰਹੀ ਸੀ ਕਿਉਂਕਿ ਸਰ ਅੱਜ ਮੈਂ ਪਹਿਲੀ ਵਾਰੀ ਸ਼ੂਜ਼ ਪਾਇਆ ਆਪਣੇ ਪੈਰਾਂ ਵਿੱਚ। ਸੋ 5th ਕਲਾਸ ਦਾ ਬੱਚੀ ਆ ਜਿਹਨੇ ਪਹਿਲੀ ਵਾਰੀ ਕੱਲ੍ਹ ਆਪਣੇ ਪੈਰ 'ਚ ਸ਼ੂਜ਼ ਪਾਇਆ। ਸੋ ਇਸ ਤਰ੍ਹਾਂ ਦੇ ਬੱਚਿਆਂ ਨੂੰ ਅਸੀਂ ਟਾਰਗੇਟ ਕਰ ਰਹੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਹੀ। ਸੋ ਇਹ ਅੱਜ ਦੀ ਕੈਂਪੇਨ ਜਿਹੜੀ ਆ ਉਹ ਪਟਿਆਲਾ ਦੇ ਵਿੱਚ ਬੱਚਿਆਂ ਲਈ ਕੀਤੀ ਜਾ ਰਹੀ ਹੈ, ਸਰਕਾਰੀ ਐਲੀਮੈਂਟਰੀ ਬਾਜਵਾ ਕਲੋਨੀ ਸਕੂਲ ਹੈ। ਸੋ ਜੋ ਹਾਲ ਨੇ ਸਕੂਲ ਦੇ ਮੈਂ ਉਹ ਵੀ ਥੋੜ੍ਹੇ ਜਿਹੇ ਦਿਖਾਉਣਾ ਚਾਹੁੰਦਾ, ਅਤੇ ਫਿਰ ਵਾਪਸੀ ਅਸੀਂ ਇੱਥੇ ਜਿੱਥੇ ਸ਼ੂਜ਼ ਪਵਾਏ ਜਾ ਰਹੇ ਹਾਂ ਟੀਮ ਵੱਲੋਂ ਉਹ ਦਿਖਾਵਾਂਗੇ। ਆਹ ਬੱਚਿਆਂ ਦੇ ਕਲਾਸਰੂਮਸ ਨੇ, ਆਹ ਤੁਸੀਂ ਦੇਖ ਸਕਦੇ ਹੋ ਕਿ ਕਲਾਸਰੂਮ ਠੰਡ ਦੇ ਵਿੱਚ ਬੱਚੇ ਨੀਚੇ ਬੈਠ ਕੇ ਪੜ੍ਹਦੇ ਨੇ, ਇਹਨਾਂ ਕੋਲ ਬੈਂਚਿਸ ਤੱਕ ਨਹੀਂ ਹੈਗੇ ਸਕੂਲ ਦੇ ਕੋਲ ਕਿ ਉਹ ਬੈਂਚਾਂ ਦੇ ਉੱਤੇ ਬੈਠ ਕੇ ਸਰਦੀਆਂ ਦੇ ਵਿੱਚ ਪੜ੍ਹ ਵੀ ਸਕਣ। ਆਹ ਹਾਂਜੀ 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 ਰੱਖ ਲਓ ਰੱਖ ਲਓ, ਇਹ ਪੁਰਾਣੇ ਵਾਲਾ ਠੀਕ ਹੈ ਠੀਕ ਹੈ ਠੀਕ ਹੈ। ਆਪਕੋ ਨਏ ਸ਼ੂਜ਼ ਮਿਲ ਗਏ? ਸਭੀ ਕੋ ਮਿਲ ਗਏ? ਠੀਕ ਹੈ। ਕਿਵੇਂ ਦਾ ਲੱਗ ਰਿਹਾ ਨਵੇਂ ਸ਼ੂਜ਼ ਪਾ ਕੇ ਤੁਹਾਨੂੰ? ਅੱਛਾ ਹੈ। ਅੱਛਾ ਪਹਿਲੇ ਕੌਨ ਸੇ ਸ਼ੂਜ਼ ਪਹਿਨੇ ਥੇ? ਇਹ ਸਕੂਲ ਦੇ ਹਾਲ ਨੇ ਬੇਸਿਕਲੀ, ਸਾਰੇ ਓਪਨ ਦੇ ਵਿੱਚ ਬੈਠ ਕੇ, ਨਾ ਇਹਨਾਂ ਕੋਲ ਥਾਂ ਹੈ ਨੀਚੇ ਬੈਠ ਕੇ ਪੜ੍ਹਦੇ ਹਾਂ। ਅਤੇ ਇੱਕ ਸੋਰੀ, ਮੈਂ ਮਾਫ਼ੀ ਮੰਗ ਲਵਾਂ ਕਿ ਬਾਰ ਬਾਰ
ਕਨੈਕਸ਼ਨ ਲੂਜ਼ ਹੋ ਰਿਹਾ ਇੱਥੇ, ਇੰਟਰਨੈਟ ਵੀਕ ਹੈ। ਆਹ ਬੱਚੇ ਦੀ ਸੈਕਿੰਡ ਕਲਾਸ ਹੈ, ਤੁਸੀਂ ਕਲਾਸਰੂਮ ਦੇਖੋ। ਬੈਡ ਦੇ ਵਿੱਚ ਸਿੱਟ ਡਾਊਨ। ਸੋ ਆਹ ਓਪਨ ਦੇ ਵਿੱਚ ਪਿੱਛੋਂ ਦੀ ਠੰਡ ਪੈ ਰਹੀ ਹੈ। ਆ ਦੇਖੋ ਦੀਵਾਰਾਂ ਦੇ ਵਿੱਚ ਹੋਲਸ ਨੇ, ਪ੍ਰੋਪਰਲੀ ਕਵਰਡ ਵੀ ਨਹੀਂ ਹੈ। ਤੇ ਇੱਥੇ ਬੈਠ ਕੇ ਕਿਹੜੀ ਕਲਾਸ ਹੈ ਤੁਹਾਡੀ? ਤੁਹਾਨੂੰ ਸ਼ੂਜ਼ ਮਿਲ ਗਏ ਨਵੇਂ? ਹਾਂਜੀ। ਠੀਕ ਹੈ, ਆ ਤੁਹਾਡੇ ਪੁਰਾਣੇ ਸ਼ੂਜ਼ ਸੀਗੇ? ਹਾਂਜੀ। ਠੀਕ, ਨਵੇਂ ਸ਼ੂਜ਼ ਨੂੰ ਪੈਕ ਕਰ ਲਏ ਤੁਸੀਂ? ਹਾਂਜੀ। ਓ ਵਾਓ, ਦਿਖਾਇਓ। ਆ ਦੇਖੋ ਬੱਚਾ ਨਵੇਂ ਸ਼ੂਜ਼ ਪਾ ਕੇ ਕਿਵੇਂ ਦਿਖਾ ਰਿਹਾ। ਸੋ ਇਹ ਜਿਹੜੀ ਖੁਸ਼ੀ ਹੈ, ਸ਼ਾਇਦ ਇਹ ਖੁਸ਼ੀ ਕਿਵੇਂ ਤਾਂ ਲੱਗ ਰਿਹਾ ਤੁਹਾਨੂੰ ਨਵੇਂ ਸ਼ੂਜ਼ ਪਾ ਕੇ? ਬਹੁਤ ਅੱਛਾ ਲੱਗ ਰਿਹਾ। ਅੱਛਾ ਸਰ, ਮੈਂ ਤਾਂ ਛੁੱਟੀ ਵੀ ਨਹੀਂ ਮਾਰਦੇ ਆ। ਅੱਛਾ, ਰੋਜ਼ ਆਉਂਦੇ ਹੋ ਸਕੂਲ? ਹਾਂਜੀ, ਲੇਕਿਨ ਸਾਰੇ ਅੱਛਾ। ਤੁਹਾਡੇ ਪਾਪਾ ਕੀ ਕਰਦੇ ਆ? ਮੰਮਾ ਪਾਪਾ ਮੈਂ ਕੰਮ ਕਰਦੇ ਆ।